सल अलबीना सल मोहम्मदन सल अल अल शफ़ीना सले अलहमन पुरजो पड़े यम बदम दं, दूर हंजो गम ارے جو پڑے یہ دم دم دور ہوں اس کے رنجو گم صلی اللہ نبی اے نا صلی اللہ محمد صلی اللہ شفیع نا صلی اللہ محمد میرے دوستو تے میرے اسلامی بھائیو بھاوو اج تانوں میں ایسا پیارا وظیفہ دسنا لگا جے ਕੁਰਾਨੀ ਵਜ਼ੀਫਾ ਜੇ ਇਹਦੇ ਨਾਲ ਤੁਹਾਡੇ ਸੱਤ ਕਿਸਮ ਦੇ ਤੁਸੀਂ ਇਹਦੇ ਕੋਲ ਕੰਮ ਲੈ ਸਕਦੇ ਜੇ ਸੱਤ ਕਿਸਮ ਦੇ ਜੇ ਕਿਸੇ ਸੁਲਾ ਕਰਾਣੀ ਹੈ ਤੇ ਤੁਸੀਂ ਇਹਨੂੰ ਇਨਸ਼ਾਅੱਲਾ ਪੜੋਗੇ ਉਹ ਆਪੋ ਚ ਸੁਲਾ ਤਫਾਕ ਪੈਦਾ ਹੋ ਜਾਏਗਾ ਜਿਸ ਬੰਦੇ ਚ ਮਰਜ਼ੀ ਕਰਾਣ ਚਾਹੇ ਔਰ ਬੰਦੇ ਜੋ ਵੀ ਇਹਨਾਂ ਦੇ ਝਗੜਾ ਹੋਵੇ ਖਤਮ ਕਰਾਣ ਤੁਸੀਂ ਇਹਨੂੰ ਪੜੋਗੇ ਇਨਸ਼ਾਅੱਲਾ ਉਹ ਝਗੜਾ ਖਤਮ ਹੋਏਗਾ ਇੱਕ ਦੂਜੇ ਦੇ ਮੁਹੱਬਤ ਕਰਨਾ ਸ਼ੁਰੂ ਕਰ ਦੇਣਗੇ ਅਗਰ ਕੋਈ ਗੈਰ ਤਲੁਕਾਤ ਹੈ ਕਿ ਨਜਾਇਜ਼ ਤਲੁਕਾਤ ਰੱਖੇ ਕਿਸੇ ਨੇ ਉਹਨੂੰ ਛਡਾਣਾ ਸੇ ਵੀ ਇਨਸ਼ਾ ਅੱਲਾਹ ਤਾਲਾ ਚਲ ਐਹੋ ਹੀ ਸੂਰਤ ਤੁਸੀਂ ਪੜੋਗੇ ਤੇ ਉਹਨਾਂ ਦੇ ਤਲਕਾਤ ਇਹਨੇ ਖਤਮ ਹੋ ਜਾਣਗੇ ਨਜਾਇਜ਼ ਤਲਕਾਤ ਮੈਂ ਕਹਿ ਰਿਹਾ ਹੋਰ ਮੈਂ ਕੋਈ ਵਜ਼ੀਫਾ ਨਹੀਂ ਕਰ ਨਜਾਇਜ਼ ਤਲਕਾਤ ਖਤਮ ਕਰਾਣਾ ਸੇ ਇਹਨੂੰ ਪੜਨਾ ਜੇ ਤੇ ਉਸ ਤੋਂ ਬਾਅਦ ਕਿਸੇ ਦੀ ਜ਼ੁਬਾਨ ਬੰਦ ਕਰਨੀ ਹੋਵੇ ਬਹੁਤ ਕੰਚੀ ਤਰ੍ਹਾਂ ਜ਼ੁਬਾਨ ਚੱਲਦੀ ਹੋਵੇ ਨਾ ਬਾਜ਼ ਆਂਦਾ ਹੋਵੇ ਤੇ ਫਿਰ ਬੱਚੋ ਇਹੋ ਹੀ ਸੂਰਤ ਹਨ ਮੈਂ ਦੱਸਾਂਗਾ ਇਹਨੂੰ ਤੁਸੀਂ ਪੜਨਾ ਹੈ ਉਹਦੀ ਜ਼ੁਬਾਨ ਬੰਦ ਹੋ ਜਾਏਗੀ ਔਰ ਕੋਈ ਜ਼ਿੰਦਗੀ ਕੋਈ ਪਰੇਸ਼ਾਨੀ ਆ ਜੇ ਨਾ ਜਾਂਦੀ ਹੋਵੇ ਕਿਸੇ ਕਿਸਮ ਦੀ ਪਰੇਸ਼ਾਨੀ ਇਹਨੂੰ ਦੂਰ ਕਰਨਾ ਹੈ ਸੇ ਇਹਨੂੰ ਤੁਸੀਂ ਇਹ ਪੜਨੀ ਹੈ ਸੂਰਤ ਇਨਸ਼ਾ ਅੱਲਾਹ ਤਾਲਾ ਸੂਰਤ ਅਲ ਬਾ ਮੋਕਲ ਬਾ ਮੋਕਲ ਸੂਰਤ ਪੜਨੀ ਹੈ ਇਨਸ਼ਾ ਅੱਲਾਹ ਤੁਹਾਡੀ ਪਰੇਸ਼ਾਨੀ ਦੂਰ ਹੋਏਗੀ ਇਹਨੂੰ ਮੈਂ ਦੱਸ ਦੇਣਾ ਲੇਕਿਨ ਦੋਸਤੋ ਬੱਚਿਓ ਪੜਨਾ ਤੁਹਾਨੂੰ ਪੈਗਾ 170 ਵਾਰ ਸੂਰਤ ਨੂੰ ਪੜਨਾ ਹੈ 170 ਵਾਰ ਪੜਨਾ ਹੋਰ ਪੜਨਾ ਜਾਜ਼ ਲੈ ਕੇ ਜਾਜ਼ ਤੋਂ ਵੀ ਨੀਂਜੇ ਪੜਨਾ ਤੁਹਾਨੂੰ ਜਾਜ਼ ਲੈਣੇ ਤਾਂ ਮੈਂ ਇੱਕ ਵਾਰ ਵੀ ਅੱਗੇ ਦੱਸਿਆ ਵੀ ਮੈਂ ਇੱਥੇ ਰਹਿਣਾ ਵਾਂ ਲੋਰਕੈਂਟ ਦੇ ਵਿੱਚ ਵੈਸਕੋਟ ਸਟਾਪ ਹੈ ਵਾਲਨਰ ਰੋਡ ਵੈਸਕੋਟ ਸਟਾਪ ਤੇ ਆ ਕੇ ਕਿਸੇ ਕੋਲ ਵੀ ਤੁਸੀਂ ਪੁੱਛਣਾ ਹੈ ਬਾਬੇ ਚੰਡੇ ਵਾਲੇ ਦੀ ਮਸਜਿਦ ਜਾਣਾ ਹੈ ਇਨਸ਼ਾਅੱਲਾ ਤਾਲਾ ਤੁਹਾਨੂੰ ਉੱਥੇ ਮੇਰੇ ਬਾਬਾ ਜੀ ਮਸਜਿਦ ਨਾਲ ਮੇਰੇ ਬਾਬਾ ਜੀ ਦਰਬਾਰ ਬਣਿਆ ਨਾ ਹੈ ਉੱਥੇ ਮੈਂ ਅਕਸਰ ਹੁੰਨਾ ਠੀਕ ਹੈ ਤੁਸੀਂ ਆਓ ਇਨਸ਼ਾਅੱਲਾ ਤੁਹਾਨੂੰ ਫੇਰ ਇਜਾਜ਼ਤ ਮਿਲੇਗੀ ਤੇ ਫੇਰ ਹੀ ਤੁਹਾਨੂੰ ਮੈਂ ਇਹਦਾ ਤਰੀਕਾ ਕਰ ਦੱਸਣਾ ਜੀ ਤੇ ਸੂਰਤ ਹੈ ਜੀ ਬੱਚੋ ਸੂਰਤ ਫੀਲ ਪੜ੍ਹ ਕੇ ਤੁਹਾਨੂੰ ਸੁਸਾਣਾ ਸੂਰਤ ਹੈ ਜੀ ਬismillahirrahmanirrahim alam tarqaifa ya jibrailo فعل رب کا یہ شمشاء الا بہ اصحاب الفیل یا کن کا ایلو علم یج القید ہم یال ما ایلو فی تازلی یام کا ایلو و ارسل علیہم طائر ابیلو یسر ما ایلو ترمیم بہ جراتم بابدوه من سجين یقف کا ایڑ فج عالم قسم مقبول یتا کا ایلو لو بچوں اس سورت ہے یہ تن پڑھ کے سناتے نو چنگے تے یاد کر کے اے دے نال تجو دنیا دا کام لینا چاہے ہو سکدا توں دس دا جی ਲੇਕਿਨ ਆ ਜਾਜ਼ ਲੈ ਕੇ ਪੜਨੀ ਜਾਜ਼ ਤੋਂ ਬਿਨਾ ਨਹੀਂ ਜੇ ਪੜਨੀ ਤੇ ਜਗਾ ਤਾਂ ਮੈਂ ਦੱਸ ਦਿੱਤੀ ਆਪਣਾ ਪਤਾ ਤਾਂ ਮੈਂ ਦੱਸ ਦਿੱਤਾ ਹੈ ਇਹਨੂੰ ਪੜੋ ਤੇ ਫਿਰ ਬਾਬਾ ਆਜ਼ਮ ਨੂੰ ਇਨਸ਼ਾਅੱਲਾ ਤੁਸੀਂ ਦੁਆਮਤ ਦੋਗੇ ਤੋਰ ਇਸ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਨਾ ਜੇ ਲਾਈਕ ਵੀ ਕਰਨਾ ਔਰ ਸ਼ੇਅਰ ਵੀ ਕਰਿਆ ਕਰੋ ਲੋ ਫਿਰ ਪੜੋ ਬਾਬਾ ਆਪ ਨੂੰ ਦੁਆਮਤ ਦੋ ਫਿਰ